आशा फैसिलिटेटर यूनियन आगुआ ने दस्सिया कि सरकार वालों एक पासे उन्होंने कोरोना काल दौरान वधिया सेवावां निभाउण बदले सन्मानित किया गया, दूजे पासे उन्होंने दित्तियां जा रही सहूलतों च कट लगाया जा रहा है, जिसनों लैके वर्करां अते फैसिलिटेटरां च रोष है। आगुआ मुताबिक भगवंत मान सरकार की अगवाई वाली आम आदमी पार्टी की सरकार ने अपनिया खाधिया कसमां नूं तिलाजली दिंदिया मुलाजम विरोध फैसले लागू करने शुरू कर दिते हन। आगुआ मुताबिक आशा वर्करां ते आशा फैसिलिटेटरां नूं मिल रहा 2500 रुपए कोविड अते 10,000 रुपए स्पैशल पत्ता बंद कर दिता गया, जबकि उस कोरोना काल दौरान भी अपनिया सेवावां ईमानदारी नाल निभाउंदियां आईयां हन। जो लोग अपने ही छड़ के जान लग पए सन, प्रदर्शनकारियों की मंग सी कि उन्होंने बंद किया गया कोरोना पत्ता मुड़ लागू किया जाए, नहीं तो उसका संघर्ष इस तो भी विशाल ते तिखा होगा। ਸਾਡੀ ਇੱਕ ਤਾਂ ਇਹ ਮੰਗਾਂ ਨੇ ਜੀ, ਜਿਹੜਾ ਕਰੋਨਾ ਦਾ ਭੱਤਾ ਸਾਡਾ ਕੱਟਿਆ ਗਿਆ ਇਹ ਲਾਗੂ ਹੋ ਜੇ। ਦੂਸਰੀ ਗੱਲ ਇਹ ਹੈ ਜਿਹੜਾ ਸਾਡਾ 2500 ਰੁਪਇਆ ਆਪਣਾ ਸੀਗਾ, ਆਪਣੀ ਪਿਛਲੀ ਸਰਕਾਰ ਨੇ ਫਿਕਸ ਸਾਡੀ ਸੈਲਰੀ ਲਾਈ ਸੀ 2500 ਰੁਪਇਆ, ਉਹ ਸਾਡੀ ਮਤਲਬ ਨੋਟੀਫਿਕੇਸ਼ਨ ਜਿਹੜੀ ਕਰਨਦੀਪ ਪੰਚੋਲਾ ਨੇ ਕਢਵਾਏ ਨੇ ਉਹ ਜਾਰੀ ਹੋ ਗਈ, ਪਰ ਹਜੇ ਸਾਡੇ ਖਾਤਿਆਂ 'ਚ ਪਈ ਨਹੀਂ। ਪਰ ਉਹ ਜਿਹੜੇ ਆਪਣੇ ਮਿਸ਼ਨ ਡਾਇਰੈਕਟਰ ਸਾਹਿਬ ਨੇ ਦਿੱਲੀ ਤੋਂ, ਉਹਨਾਂ ਨੇ ਵਿੱਚ ਇੱਕ ਲਾਈਨ ਪਾ ਦਿੱਤੀ ਆ ਵੀ ਇਹਨਾਂ ਦਾ ਜਿਹੜਾ ਕੰਮ ਆਸ਼ਾ ਦਾ ਮੁਲਾਂਕਣ ਕੀਤਾ ਜਾਵੇ, ਫਿਰ ਉਹਨਾਂ ਨੂੰ 2500 ਰੁਪਇਆ ਜਿਹੜਾ ਫਿਕਸ ਸੈਲਰੀ ਆ ਉਹ ਪਾਈ ਜਾਊਗੀ। ਪਰ ਇਹ ਵਿੱਚ ਜਿਹੜਾ ਮੁਲਾਂਕਣ ਇਹਦਾ ਕੀ ਫਰਜ਼ ਹੈ ਜੀ? ਇਹ ਤਾਂ ਜਦੋਂ ਹੁਣ ਆਸ਼ਾ ਕੰਮ ਤਾਂ ਦਿਨ ਰਾਤ ਕਰਦੀ ਹੈ 24 ਘੰਟੇ, ਕੰਮ ਦਾ ਜਿਹੜਾ ਵੈਰੀਫਾਈ ਆ ਉਹ ਵੀ ਸਾਡੇ ਜਿਹੜੇ ਆਸ਼ਾ AN ਨੇ ਉਹ ਵੈਰੀਫਾਈ ਕਰਕੇ ਫਿਰ ਸਾਨੂੰ ਪਾਉਂਦੇ ਨੇ ਕੰਮ। ਸਾਡਾ ਕੰਮ ਤਾਂ ਜਾਰੀ ਹੈਗਾ, ਸਾਡੇ ਰਜਿਸਟਰ 5 ਲੱਗੇ ਹੋਏ ਨੇ, ਹੋਰ ਇਹ ਸਾਡਾ ਮੁਲਾਂਕਣ ਕੀ ਕਰ ਰਹੇ ਨੇ? ਇਹ ਜਿਹੜਾ ਉਹਨਾਂ ਨੇ ਲਾਈਨ ਲਿਖੀ ਹੈ ਸਾਡੀ ਨੋਟੀਫਿਕੇਸ਼ਨ ਦੇ ਵਿੱਚ, ਇਹ ਲਾਈਨ ਸਾਡੀ ਕੱਟ ਕੇ ਦੁਬਾਰਾ ਸਾਡਾ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ, ਸੋਧ ਕੇ ਇਹ ਸਾਡਾ ਮਿਸ਼ਨ ਡਾਇਰੈਕਟਰ ਨੂੰ ਉਹਨਾਂ ਨੂੰ ਸਾਡੀ ਇਹ ਆਵਾਜ਼ ਉੱਥੇ ਤੱਕ ਪਹੁੰਚਾਇਓ। ਸਰ, ਜਿਹੜਾ ਸਾਡਾ ਕਰੋਨਾ ਦਾ 2500 ਰੁਪਇਆ ਉਹ ਸਰਕਾਰ ਨੇ ਬਿਲਕੁਲ ਬੰਦ ਕੀਤਾ, ਜਦਕਿ ਸਾਡੇ ਨਾਲ ਕੇਜਰੀਵਾਲ ਸਰਕਾਰ ਨੇ ਮਤਲਬ ਕਿ ਉੱਥੇ ਸਟੇਜ ਤੇ ਖੜ ਕੇ ਸਾਡੇ ਨਾਲ ਵਾਅਦਾ ਕੀਤਾ ਸੀ ਵੀ ਤੁਹਾਨੂੰ ਹਰਿਆਣਾ ਪੈਟਰਨ ਦਿੱਤਾ ਜਾਊ। ਹਰਿਆਣਾ ਪੈਟਰਨ ਤਾਂ ਕੀ ਦੇਣਾ ਸੀ ਜਦਕਿ ਸਾਡਾ 2500 ਕਰੋਨਾ ਦਾ ਵੀ ਘੱਟਤਾ। ਸਾਨੂੰ ਇਹੀ ਖੁਸ਼ੀ ਸੀ ਵੀ ਸਰਕਾਰ ਚਲੋ ਵੀ ਇਹ ਸਾਡੀ ਸੁਣੂਗੀ, ਚਲੋ ਬਹੁਤ ਸਰਕਾਰਾਂ ਦੇਖ ਲਈਆਂ, ਇੱਕ ਵਾਰ ਅਸੀਂ ਇਹ ਸਰਕਾਰ ਨੂੰ ਵੀ ਦੇਖ ਲਈਏ। ਅਸੀਂ ਪੂਰੇ ਹਿੰਮਤ ਦੇ ਨਾਲ ਸਾਰੀਆਂ ਮਤਲਬ ਕਿ ਜੂਨੀਅਰ ਲੈਵਲ ਤੇ ਸਾਰਿਆਂ ਨੇ ਅਸੀਂ ਵੋਟਾਂ ਪਾਈਆਂ ਵੀ ਆਉਣ ਵਾਲੀ ਸਰਕਾਰ ਆ ਜਿਹੜੀ ਸਾਨੂੰ ਹਰਿਆਣਾ ਪੈਟਰਨ ਦੇਊਗੀ, ਪਰ ਸਾਰਾ ਹਰਿਆਣਾ ਪੈਟਰਨ ਤਾਂ ਵਿੱਚ ਹੀ ਲਟਕ ਚੁੱਕਿਆ। ਇਸ ਤੋਂ ਪਹਿਲਾਂ ਸਾਡਾ 2500 ਰੁਪਇਆ ਜਿਹੜਾ ਉਹ ਕੱਟ ਕਰ ਦਿੱਤਾ। ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਵੀ ਸੂਝਵਾਨ ਮੁੱਖ ਮੰਤਰੀ ਤੋਂ ਵੀ ਸਾਡੇ ਜਿਹੜਾ ਹੈਗਾ 2500 ਰੁਪਇਆ ਕਰੋਨਾ ਦਾ ਉਹ ਵੀ ਲਾਗੂ ਕੀਤਾ। ਕਈ ਭੈਣਾਂ ਦੇ ਸਾਡੇ ਕਰੋਨਾ ਦੇ ਵਿੱਚ ਡੈਥਾਂ ਵੀ ਹੋ ਚੁੱਕੀਆਂ ਨੇਗੀਆਂ, ਜਦਕਿ ਉਹਨਾਂ ਦੇ ਪਰਿਵਾਰ ਬਿਲਕ ਰਹੇ ਸੀਗੇ। ਤੇ ਦੂਸਰੇ ਨੰਬਰ ਤੇ ਸਾਨੂੰ ਕੋਈ ਕੁੰਡਾ ਵੀ ਨਹੀਂ ਖੋਲਦਾ ਸੀਗਾ ਤੇ ਕੁੱਤੇ ਮਗਰ ਪੈ ਜਾਂਦੇ ਸੀ। ਅਸੀਂ ਤਾਂ ਵੀ ਸਾਡੀਆਂ ਕੁੜੀਆਂ ਜਾਨ ਤਲੀ ਤੇ ਧਰ ਕੇ ਕੰਮ ਕਰ ਰਹੀਆਂ ਸੀਗੀਆਂ। ਸਰ, ਜਿਹੜਾ ਅੱਜ ਦਾ ਸਾਡਾ ਧਰਨਾ ਇਹ ਜਿਹੜਾ ਸਾਨੂੰ ਕਰੋਨਾ ਦਾ 2500 ਰੁਪਇਆ ਮਿਲਦਾ ਸੀ ਉਹ ਨਵੇਂ ਫਰਮਾਨ ਜਾਰੀ ਕਰਤੇ ਵੀ ਜਿਹੜਾ ਉਹ 2500 ਰੁਪਇਆ ਉਹ ਇਹਨਾਂ ਨੇ ਕੱਟ ਦਿੱਤਾ ਜਾਵੇ ਕਿ ਕੰਮ ਤਾਂ ਹਜੇ ਕਰੋਨਾ ਦਾ ਚੱਲ ਰਿਹਾ, ਚਾਹੇ ਉਹ ਪ੍ਰੈਗਨੈਂਸੀ ਕਲੀਅਰ ਕਰਨੀ ਆ ਜਾਂ ਬੱਚਿਆਂ ਦਾ ਟੀਕਾ ਕਰਨਾ, ਜਿਵੇਂ ਹੁਣ 5 ਸਾਲ ਦੇ ਬੱਚਿਆਂ ਦੀ ਵੈਕਸੀਨੇਸ਼ਨ ਆ ਰਹੀ ਹੈ, ਇਹਨਾਂ ਨੇ ਜਿਹੜਾ 2500 ਰੁਪਇਆ ਬੰਦ ਕਰਤਾ ਸੀ ਉਹਦੀ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜਨ ਲਈ ਅੱਜ ਅਸੀਂ ਸਿਵਲ ਹਸਪਤਾਲ ਬਰਨਾਲਾ ਵਿੱਚ ਇਕੱਠੇ ਹੋਏ ਹਾਂ। ਸਾਡੀ ਜਥੇਬੰਦੀ ਕਿਰਨਦੀਪ ਕੌਰ ਪੰਜੋਲਾ ਮੈਡਮ ਵੱਲੋਂ ਜੋ ਫੈਸਲਾ ਲਿਖਿਆ ਗਿਆ ਸੀ ਉਸ ਦੇ ਨਾਲ ਅੱਜ ਅਸੀਂ ਨੋਟੀਫਿਕੇਸ਼ਨ ਸਾੜਨੇ ਆ, ਤੇ ਨਾਲ ਹੀ ਕਰੋਨਾ ਦੇ ਕੰਮ ਦਾ ਬਾਈਕਾਟ ਆ। ਜੇ ਸਾਨੂੰ ਕੋਈ ਪੈਸਾ ਨਹੀਂ ਮਿਲੂਗਾ ਤਾਂ ਅਸੀਂ ਕਰੋਨਾ ਦਾ ਜਿਹੜਾ ਕੰਮ ਆ ਉਹ ਬਿਲਕੁਲ ਠੱਪ ਕਰ ਦਾਂਗੇ। ਦੇਸ਼ ਦੁਨੀਆ ਦੀ ਤਮਾਮ ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ ਯੂਟਿਊਬ ਤੇ ਸੱਚ ਕਹੂੰ ਪੰਜਾਬੀ ਚੈਨਲ। ਇਸ ਦੇ ਨਾਲ ਹੀ ਬੈਲ ਆਈਕਨ ਦੱਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ।